ਮੇਪਲੀਫ ਕੀ ਵਾਈਟ ਸੀਮੈਂਟ ਬੇਸਡ ਐਚਡੀ ਪਟੀ ਜਬ ਬੇਸੀ ਨੋਟ ਸਟਰੋਂਗ ਤੋ ਸਭ ਕੁਛ ਹੋਗਾ ਰੋਂਗ ਔਰ ਲੈ ਹੁੱਕਾ ਹਲੇ ਤੱਕ ਤੇਰ ਕੋ ਇਹਦਾ ਪਾਣੀ ਨਹੀਂ ਠੀਕ ਹੋਇਆ ਲੈਨ ਦਾ ਚਾਚਾ ਲੈਨ ਦਾ ਹੁੱਕਾ ਹੁੱਕਾ ਲੈਨ ਦਾ ਵਾ ਕੰਮ ਵੱਲੋਂ ਨਾ ਤੇਰੀ ਵੀ ਜਾਨ ਹੀ ਨਿਕਲਦੀ ਆ ਤੇ ਹੁੱਕਾ ਪੀਣ ਤੋਂ ਬਗੈਰ ਵੀ 2 ਮਿੰਟ ਰਹਿ ਲਿਆ ਕਰੋ ਨਸ਼ਾ ਐਸੀ ਤੁਹਾਨੂੰ ਭੈੜੀ ਸ਼ੈ ਲੱਗੀ ਨਸ਼ਾ ਫਿਰ ਨਸ਼ਾ ਹੀ ਹੁੰਦਾ ਮੈਂ ਤੇਰਾ ਚਾਚਾ ਕਿ ਤੂੰ ਮੇਰਾ ਚਾਚਾ ਤੂੰ ਚਾਚਾ ਵਾ ਮੈਂ ਤੇਰਾ ਚਾਚਾ ਆ ਮੈਂ ਤੇ ਜੋ ਕਹਿੰਦਾ ਉਹਦੇ ਤੇ ਤੇਰਾ ਗੌਰ ਵੀ ਕਰਿਆ ਕਰ ਆ ਕਮਾਤ ਸਾਰਾ ਵੱਢ ਲਿਆ ਤੇ ਆ ਚਾਰਕ ਤੈਨੂੰ ਆ ਨਜ਼ਰ ਨਹੀਂ ਸੀ ਆਉਂਦੇ ਆ ਕਾਦ ਲਈ ਰੱਖੇ ਉਹ ਤਬੀਅਤ ਦੀ ਜ਼ਰਾ ਖਰਾਬ ਹੋ ਗਈ ਸੀ ਮੈਂ ਤਾਂ ਕਰਕੇ ਛੱਡ ਦੇ ਤਾਂ ਮੈਂ ਪੰਜਾਂ ਮਿੰਟਾਂ ਚ ਵੱਢ ਦੇਣਾ ਮੈਂ ਤਾਂ ਕਿਹੜਾ ਕੰਮ ਆ ਇਹ ਥੇਲਾ ਆ ਆ ਵੱਢ ਕੇ ਨਾ ਹਾਂ ਇਹ ਹੁਣਾਂ ਪੱਠਿਆਂ ਦੇ ਵਿੱਚ ਰਲਾ ਕੇ ਤੇ ਹੁਣ ਮੱਜਾਂ ਦਾ ਚਾਰਾ ਬਣਾ ਲਈ ਚਲੋ ਠੀਕ ਹੈ ਹੈ ਠੀਕ ਹੈ ਤੇ ਅੱਲਾ ਖੈਰ ਕੀਤੀ ਆ ਹੁਣ ਪਾਣੀ ਸ਼ੈਣੀ ਟਾਈਮ ਨਾਲ ਲਾ ਲਈ ਬਾਰਸ਼ਾਂ ਦਾ ਮੌਸਮ ਬਣ ਰਿਹਾ ਹੁਣ ਕਣਾ ਕੱਲਾ ਦੀ ਰਹਿਮਤ ਨਾ ਬਿਹਤਰੀਨ ਹੋ ਜਾਣੀ ਆ ਆਹੋ ਬਾਬੂ ਜਿਹੜਾ ਇਹਦਾ ਹੈਗਾ ਨਾ ਲਾਹ ਕੇ ਗੰਨਾ ਛਿਲ ਕੇ ਜਿਹੜਾ ਆਗ ਤੇ ਪੱਠਿਆਂ 'ਚ ਪਾ ਦਾਂਗੇ ਤੇ ਗੰਨਾ ਜਾਂ ਥੋੜਾ ਬਹੁਤ ਰਹਿਣਾ ਫੇਰ ਕਰ ਲਾਂਗੇ ਤੋ ਕਿਤੇ ਸੁੱਟ ਕੇ ਤਾਂ ਕੁੱਤਰ ਨਵੀ ਆ ਬੱਠ ਠੀਕ ਹੈ ਤੇ ਅੱਲਾ ਖੈਰ ਅਸਲਾਮ ਬਿਸਮਿਲਲਾਹ ਜੀ ਤੇਰੇ ਪੱਠੇ ਕਿਉਂ ਸੱਤਿਆ ਰਾਤ ਕਰਾਉਂਗੇ ਤੋ ਵਾਲੇਕੁਮ ਅਸਲਾਮ ਜਨਾਬ ਸੇਤ ਵੀ ਠੀਕ ਹੈ ਜੀ ਹਾਂ ਜੀ ਅਲਹਮਦੁਲਿਲਾਹ ਜਨਾਬ ਬੜਾ ਸਫਰ ਅੱਜ ਤਾਂ ਕਰ ਲਿਆ ਇਹ ਤਾਂ ਸਵੇਰੇ ਸਵੇਰੇ ਹੀ ਨਾ ਇਹ ਦੇਖ ਲਓ ਕਿ ਤਿੰਨ ਪਿੰਡ 'ਚ ਫਿਰ ਲੈ ਲੇ ਮੈਂ ਤੇ ਨਾ ਪਿੰਡਾਂ 'ਚ ਹੋ ਆਏ ਆ ਹਾਂ ਅੱਜ ਸਵੇਰ ਆਈ ਕੀ ਤੂੰ ਕੀ ਦਰਖਤਾਂ ਨੂੰ ਨੰਬਰ ਲਾਉਣਾ ਮਤਲਬ ਵੀ ਪਿੰਡ ਪਿੰਡ ਕਿਉਂ ਫਿਰਦਾ ਕੀ ਹੋਇਆ ਤੈਨੂੰ ਚੱਕਰ ਚੜੇ ਆ ਹੁੱਕੇ 'ਚ ਕੀ ਤਮਾਕੂ ਕਿਦਾਂ ਦਾ ਸੀਗਾ ਸਾਡਾ ਆਪਣਾ ਹੀ ਆ ਕੌੜਾ ਤਮਾਕੂ ਲੈਂਦਾ ਇੱਕ ਨੰਬਰ ਸੁੱਕਾ ਕੌੜਾ ਨਾਲ ਬੂਟੀ ਪਾਉਂਦੇ ਆ ਇਹਦੇ ਕਿਹਦੇ 'ਚ ਭੰਗ ਪਾਉਂਦੇ ਨਾਲ ਕਿਹਦੇ 'ਚ ਆ ਹੁੱਕੇ 'ਚ ਕਿਉਂ ਵੇ ਜਿੱਦਾਂ ਦੀਆਂ ਚਾਚਾ ਤੂੰ ਗੱਲਾਂ ਕਰਨੇ ਮੈਂ ਤਾਂ ਹਲੇ ਆ ਕੇ ਬੈਠਾ ਹੀ ਆਂ ਯਾਰ ਤੂੰ ਗੱਲਾਂ ਪੁੱਠੀਆਂ ਸ਼ੁਰੂ ਕਰਤੀਆਂ ਉਹ ਨਹੀਂ ਕੋਈ ਨਹੀਂ ਵੈਸੇ ਪੁੱਛਣ ਲਿਆ ਵਗਰਾ ਉਸਨੇ ਉਹ ਭਾਜੀ ਗੱਲ ਕਰਿਆ ਕਰੋ ਤੁਸੀਂ ਇਸ ਉਮਰ ਜਾ ਕੇ ਤੁਸੀਂ ਵੀ ਨਾਉਣ ਖੋਚਲ ਹੋ ਗਏ ਹਣ ਛੱਡੋ ਤੁਸੀਂ ਭਾਈ ਤੂੰ ਖਾਣਾ ਪੀਣਾ ਕੀ ਆ ਕੁਛ ਵੀ ਨਹੀਂ ਭਾਈ ਖਾਣਾ ਪੀਣਾ ਕੀ ਨਹੀਂ ਯਾਰ ਭਰਾਵਾ ਤੂੰ ਗੁੱਸਾ ਨਾ ਕਰੀ ਤੂੰ ਵੀ ਪਰਦੇਸੀ ਜਿਹਾ ਬੰਦਾ ਲੱਗਦਾ ਪਿੰਡ ਚ ਨਾ ਨਵੇਂ ਆਏ ਜੀ ਇਸ ਇੱਥੇ ਆਹ ਪਹਿਲੇ ਤੈਨੂੰ ਕਦੀ ਇੱਥੇ ਦੇਖਿਆ ਨਹੀਂ ਮੈਂ ਇੱਥੇ ਆਇਆ ਹੀ ਨਵਾਂ ਤਾਂ ਮੈਨੂੰ ਦੇਖਣਾ ਕਿੱਦਾਂ ਸੀ ਹੋਈ ਨਾ ਨਵਾਂ ਨਵਾਂ ਆਇਆ ਭਾਜੀ ਨਵਾਂ ਇੱਕ ਬੰਦਾ ਆਇਆ ਹੀ ਨਹੀਂ ਤਾਂ ਉਹਨੂੰ ਕਿੱਦਾਂ ਦੇਖ ਲੈਣਾ ਹੁੰਦਾ ਵੇਈਮ ਯਾਰ ਖਾ ਹੁੰਦਾ ਸੀ ਨਾ ਮੈਂ ਪਹਿਲੇ ਅੱਛਾ ਆ ਉਹ ਤੇ ਕਿਰਾਏ ਦਾ ਮਕਾਨ ਲਿਆ ਸੀਗਾ ਜੀ ਅੱਛਾ ਤੇ ਇਹ ਆ ਕਿ ਉਹ ਜਿਹੜੇ ਘਰ ਰਹਿੰਦੇ ਸੀ ਨਾ ਉਹ 1200 ਰੁਪਏ ਦਿੰਦਾ ਸੀ ਉਹਨਾਂ ਨੂੰ ਮੈਂ ਅੱਛਾ ਉਹ ਰੋਟੀ ਪਾਣੀ ਵੀ ਮੇਰਾ ਉਹ ਉਹਨਾਂ ਵਾਲੀ ਸੀਗਾ ਅੱਛਾ ਯਾਨੀ ਕਿ 1200 ਚ ਰੋਟੀ ਵੀ 1200 ਚ ਰੋਟੀ ਵੀ ਰਹਿਣ ਬਹਿਣ ਵੀ ਸਾਰਾ ਕੱਪੜੇ ਵੀ ਉਹ ਬੁੱਢੀ ਜਿਹੜੀ ਤੋਹ ਤੋਹ ਦਿੰਦੀ ਸੀ ਮੇਰੇ अच्छा अच्छा ते ਵਿਆਹ ਨੀ ਨਾ ਹੋਇਆ ਮੇਰਾ ਨਾ ਤੇ ਉਹ ਇਹ ਆ ਕਿ ਬਸ ਉਥੇ ਰਹਿਣਾ ਖਲੋਣਾ ਨਾਲ ਮੀਆਂ ਬੀਬੀ ਸੀਗੇ اچھا ਜੀ ਬੁੱਢੀ ਤੇ ਬੰਦਾ ਤੇ ਨਾਲ ਉਹਨੇ ਤਿੰਨ ਨਿਆਣੇ اچھا ਐਵੇਂ ਐਨੇ ਐਨੇ اچھا ਛੋਟੇ ਬੱਚੇ ਸੀ ਹਾਂ ਉਹ ਜਗ੍ਹਾ ਥੋੜੀ ਸੀ ਡੇਢ ਕਮਰਲੇ ਦਾ ਘਰ ਸੀਗਾ ਤੇ ਉਹਨਾਂ ਨੇ ਫਿਰ ਮੰਜੇ ਉੱਤੇ ਥੱਲੇ ਚਿਣੇ ਹੋਏ ਸੀਗੇ ਓਏ ਆਹ ਗੁਜ਼ਾਰਾ ਜਦੋਂ ਕਰਨਾ ਹੋਵੇ ਬਰੇ ਜੀ ਬਈ ਜਗ੍ਹਾ ਥੋੜੀ ਸੀ ਹਾਂਜੀ ਹਾਂਜੀ ਤੇ ਉੱਤੇ ਥੱਲੇ ਦੋ ਤਿੰਨ ਮੰਜੀਆਂ ਲਾਈਆਂ ਸੀ ਹਾਂਜੀ ਹਾਂਜੀ اچھا اچھا ਉਹ ਮੈਂ ਫਿਰ ਸਭ ਤੋਂ ਥੱਲੇਲੀ ਮੰਜੀ ਤੇ ਲਮਾ ਪੈ ਜਾਂਦਾ ਸੀ ਹੂੰ ਅੱਛਾ ਉਹ ਫੇ ਜਿਹੜੇ ਦੋਨੋਂ ਉਹ ਮੇਰੇ ਤੋਂ ਜਿਹੜੀ ਵਿਚਕਾਰ ਲਈ ਮੰਜੀ ਸੀ ਹਾਂ ਉੱਤੇ ਬੰਦਾ ਪੈ ਜਾਂਦਾ ਸੀਗਾ ਹਾਂ ਠੀਕ ਹੈ ਤੇ ਜਿਹੜੀ ਸਭ ਤੋਂ ਉੱਤੇ ਲਈ ਮੰਜੀ ਸੀ ਉੱਤੇ ਫੇਰ ਉਹ ਉਹਦੀ بیوی ਉਹਦੀ بیوی ਪੈ ਜਾਂਦੀ ਸੀ ਅੱਛਾ ਅੱਛਾ ਉਹ ਬਸ ਉੱਥੋਂ ਮੈਂ ਇਹਨੂੰ ਕੱਢਤਾ ਉਹਨਾਂ ਨੇ ਕਿਉਂ ਉਹ ਇੱਕ ਦਿਨ ਰਾਤ ਨੂੰ ਨਾ ਮੈਂ ਉੱਠਿਆ ਪਾਣੀ ਦੀ ਪਿਆਸ ਲੱਗੀ ਮੈਨੂੰ ਅੱਛਾ ਘੜੀ ਵਾਲ ਮੈਂ ਦੇਖਿਆ ਤੇ ਕੋ ਡੇਢ ਤੋਂ 2 ਪਿਆ ਵਜੇ ਅੱਛਾ ਤੇ ਮੈਂ ਕਹਾ ਯਾਰ ਪਾਣੀ ਤੇ ਪੀਏ ਘੜੇ ਚੋਂ ਜਾ ਕੇ ਢੇੜ ਦੋ ਦਾ ਟਾਈਮ ਪਿਆਸ ਦਾ ਟਾਈਮ ਹੀ ਹੈ ਹਾਂਜੀ ਹਰ ਰਾਤ ਨੂੰ ਪਿਆਸ ਲੱਗ ਜਾਂਦੀ ਹੈ ਹਾਂਜੀ ਤੇ ਮੈਂ ਉੱਠਿਆ ਪਤਾ ਨਹੀਂ ਥੱਲੇ ਕੀ ਸੀਗਾ ਹੁਣ ਮਿੰਤਾ ਨਹੀਂ ਸਮਝ ਆਈ ਅੱਛਾ ਠੁੱਡਾ ਲੱਗਾ ਮੇਰਾ ਹਾਂ ਤੇ ਮੈਂ ਜਾ ਕੇ ਉੱਤੇ ਉਹਦੀ ਬੁੱਢੀ ਦੇ ਉੱਤੇ ਡਿੱਗ ਪਿਆ ਹੈ ਉਹਨੇ ਰੋਲੀ ਪਾ ਦਿੱਤੀ ਇੱਕ ਮਿੰਟ ਇੱਕ ਮਿੰਟ ਜਰਾ ਠੁੱਡਾ ਲੱਗਾ ਤੈਨੂੰ ਤੂੰ ਜ਼ਮੀਨ ਤੇ ਠੁੱਡਾ ਲੱਗਾ ਹਾਂਜੀ ਬੁੜੀ ਤਾਂ ਮੰਜਾ ਸਭ ਤੋਂ ਉੱਤੇ ਹਾਂਜੀ ਉਹ ਮੈਂ ਸਭ ਤੋਂ ਥੱਲੇਲਾ ਮੰਜਾ ਮੇਰਾ ਸੀ ਸਭ ਤੋਂ ਥੱਲੇਲਾ ਮੰਜਾ ਤੁਹਾਡਾ ਸੀ ਉਹਦੇ ਵਿੱਚ ਘਾਰ ਉਹਦੇ ਬੰਦੇ ਦਾ ਬੰਦੇ ਦਾ ਮੰਜਾ ਸੀ ਸਭ ਤੋਂ ਉਤਲਾ ਮੰਜਾ ਸਭ ਤੋਂ ਉਤਲਾ ਮੰਜਾ ਸੀ ਉਹ ਬੀਬੀ ਦਾ ਹਾਂਜੀ ਤੇ ਤੂੰ ਪਾਣੀ ਪੀਣ ਉੱਠਿਆ ਆ ਪਤਾ ਨਹੀਂ ਕਿਹੜੀ ਸ਼ੈ ਥੱਲੇ ਪਈ ਸੀ ਠੁੱਡਾ ਲੱਗਾ ਹਾਂ ਬਸ ਮੈਂ ਜਾ ਕੇ ਉਹਦੀ ਬੁੱਢੀ ਦੇ ਉੱਤੇ ਡਿੱਗਿਆ ਹਾਂ ਕੋਈ ਯਾਰ ਇਹ ਕਿਹੜਾ ਠੁੱਡਾ ਲੱਗ ਗਿਆ ਤੈਨੂੰ ਇਹ ਤੈਨੂੰ ਠੁੱਡਾ ਲੱਗਾ ਵੀ ਤੂੰ ਕੋਈ ਸਤਰਬਟੀ ਗੇਂਦਾ ਵੀ ਤੂੰ ਇੰਜ ਵੱਜਾਵਾਂ ਤੇ ਉੱਬੜ ਕੇ ਉੱਤੇ ਜਾ ਪਿਆ ਵੀ ਤੂੰ ਤੈਨੂੰ ਸਪ੍ਰਿੰਗ ਵਾਲਾ ਠੁੱਡਾ ਲੱਗ ਗਿਆ ਨਹੀਂ ਬੰਦੇ ਦਾ ਮੰਜਾ ਹੀ ਵਿੱਚੋਂ ਕੱਢ ਦਿੱਤਾ ਹੇ ਦਾ ਨਾ ਤੇਰਾ ਪਾਣੀ ਪੀਣ ਤੂੰ ਉੱਠਿਆ ਹਾਂਜੀ ਹਾਂਜੀ ਤੇ ਤੂੰ ਉਧਰ ਕਿਤੇ ਦਰਵਾਜ਼ੇ 'ਚ ਡਿਗਣਾ ਮਰਨਾ ਸੀਗਾ ਕਿ ਤੀਜੀ ਮੰਜ਼ੀ ਤੇ ਡਿਗਣਾ ਸੀ ਮੈਨੂੰ ਹੁਣ ਮਿੰਤ ਤਾਂ ਨਹੀਂ ਪਤਾ ਲੱਗਾ ਮੈਂ ਕਿਦਾਂ ਠੱਡਾ ਲੱਗ ਗਿਆ ਤੇ ਹਨੇਰਾ ਸੀ ਰਾਤ ਦਾ ਟਾਈਮ ਬਲੈਟ ਬੰਦ ਉਹ ਬੀਬੀ ਨੇ ਉੱਠ ਕੇ ਰੌਲਾ ਪਾ ਦਿੱਤਾ ਉੱਠੀ ਕਦੋਂ ਉਹਨੇ ਉੱਥੇ ਹੀ ਰੌਲਾ ਪਾ ਦਿੱਤਾ ਸੱਚੀ ਆ ਫਿਰ ਉਹ ਉੱਠਣ ਦੇਣੀ ਵੀ ਨਹੀਂ ਸੀ ਪੁੱਤ ਆਹ ਕੋਈ ਉੱਠਣ ਦੇਣ ਵਾਲੀ ਕਿਹੜੀ ਗੱਲ ਆ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਠੇਡਾ ਲੱਗਾ ਤੇਰੀ ਤੀਜੀ ਮੰਜ਼ੀ ਤੇ ਤੂੰ ਛੜਪੇ ਮਾਰਦਾ ਫਿਰਦਾ ਸੀ بس ਉਹਨਾਂ ਨੇ ਹੁਣ ਮੈਂ ਉਥੇ ਫਿਰ ਉਹਨਾਂ ਨੇ ਬੰਦੇ ਇਕੱਠੇ ਕਰ ਲਏ ਮੱਲੇਦਾਰ ਤੇ ਕਰਨੀ ਸੀ ਉਹਨਾਂ ਨੇ ਫਿਰ ਉਹ ਆ ਕਿ ਮਸਲਾ ਬਣ ਗਿਆ ਮੇਰੀ ਗੱਲ ਕਿਸੇ ਨੇ ਮੰਨੀ ਨਹੀਂ ਕਿ ਯਾਰ ਮੈਂ ਹੁਣ ਸਾਰਿਆਂ ਨੂੰ ਇਹ ਗੱਲ ਦੱਸੀ ਅੱਛਾ ਕਿ ਯਾਰ ਠੁੱਡਾ ਲੱਗ ਕੇ ਬੰਦਾ ਹੁਣ ਡੇਗੀ ਪੈਂਦਾ ਹੈ ਨਾ ਉਹ ਜੇ ਕੋ ਠੁੱਡਾ ਲੱਗਾ ਉਥੇ ਬੁੱਢੀ ਹੁੰਦੀ ਤਾਂ ਵੀ ਉਸ ਮੰਜੇ ਤੇ ਮੈਂ ਜਾਣਾ ਸੀਗਾ ਨਹੀਂ ਨਾ ਹੁੰਦੀ ਤਾਂ ਵੀ ਉਸ ਮੰਜੇ ਦੇ ਤੇ ਤੇਰੀ ਕਿਸੇ ਨੇ ਨਹੀਂ ਮੰਨੀ ਤੇਰੇ ਕਾਇਨਾਤ ਜਿਤੋਂ ਦੀ ਬਣੀ ਹੈ ਨਾ ਤੇ ਕਿਆਮਤ ਤੱਕ ਇਹੋ ਜੇ ਠੁੱਡਾ ਨਾ ਕਿਸੇ ਨੂੰ ਲੱਗਣਾ ਤੇ ਨਾ ਅਸੀਂ ਲੱਗਾ ਸੁਣ ਜਾ ਤੇ ਨਾ ਵੇਖਣਾ ਵਾ ਉਹ ਕੈਸਾ ਠੁੱਡਾ ਲੱਗਾ ਨਾ ਤੇਰਾ ਪੈਰ ਦਾ ਨਾ ਟੁੱਟਾ ਨਾ ਤੇਰੇ ਪੈਰ ਨੂੰ ਸੱਟ ਲੱਗੀ ਲੋਕਾਂ ਨੂੰ ਠੁੱਡੇ ਲੱਗਦੇ ਮੂੰਹ ਪਾੜਦਾ ਦੰਦ ਨਿਕਲ ਜਾਂਦਾ ਬੁੱਲ੍ਹ ਪਾੜ ਗਿਆ ਤੇਰਾ ਠੁੱਡਾ ਲੱਗਾ ਤੂੰ ਵਿਚਲੀ ਮੰਜੀ ਕੱਢ ਕੇ ਸਿੱਧਾ ਤੀਸਰੀ ਮੰਜੀ ਤੇ ਜਾ ਡਿੱਗਾ ਐਟਾ ਤੇਰਾ ਜੰਪਾਂ ਦਾ ਠੁੱਡਾ ਹਵਾਈ ਠੁੱਡਾ ਲੱਗ ਗਿਆ ਤੈਨੂੰ ਇਹ ਗੱਲ ਤੂੰ ਸਾਰਿਆਂ ਨੂੰ ਸੁਣਾਈ ਪੰਚਾਇਤ 'ਚ ਵੀ ਗੱਲ ਹੋਈ ਇਹ ਤੇ ਉਹ ਕੋਈ ਨਹੀਂ ਤੇਰੀ ਗੱਲ ਮੰਨਿਆ ਇਹ ਜ਼ਾਲਮ ਜ਼ਮਾਨਾ ਹੈ ਹੈ ਜ਼ਮਾਨਾ ਅੱਛਾ ਉਹ ਜਿਹੜਾ ਪੰਚਾਇਤੀਆ ਸਿਗਾ ਮੁਨਸਫ ਅੱਛਾ ਉਹ ਵੀ ਕਹਿੰਦਾ ਕਿ ਨਹੀਂ ਭਾਈ ਇਹ ਗੱਲ ਜਿਹੜੀ ਹੈ ਨਾ ਕੋਈ ਸਮਝ ਨਹੀਂ ਆ ਰਹੀ ਹਾਂ ਤੇ ਫਿਰ ਉਹਨੇ ਕਿਹਾ ਕਿ ਭਾਈ ਇਹਦਾ ਹੱਲ ਲੇ ਆ ਇੱਕ ਤਾਂ ਤੂੰ ਇਹਨਾਂ ਕੋਲ ਮਾਫੀ ਮੰਗ ਹਾਂ ਠੀਕ ਆ 1200 ਰੁਪਿਆ ਦੇ ਹਾਂ ਠੀਕ ਤੇ ਇਹ ਜਿਹੜੀ ਬੁੱਢੀ ਐ ਇਹਨੂੰ ਭੈਣ ਕਹ ਹਾਂ ਲੈ ਤੇ ਉਸ ਤੋਂ ਬਾਅਦ ਤੂੰ ਇੱਥੋਂ ਨਿਕਲ ਜਾ ਬਿਲਕੁਲ ਸਹੀ ਆਪਾਂ 1200 ਰੁਪਿਆ ਦਿੱਤਾ ਉਹਨਾਂ ਨੂੰ ਅੱਛਾ ਉਹਨੂੰ ਕਿਹਾ ਬੁੱਢੀ ਨੂੰ ਕਿਹਾ ਕਿ ਪੰਚਾਇਤ ਦੇ ਵਿੱਚ ਓਕੇ ਬਾਜੀ ਅਸਲਾਮੁਅਲੈਕਮ ਅੱਛਾ ਤੇ ਆਪਾਂ ਫੈਸਲਾ ਬਾਦ ਆ ਗਏ ਪੰਚਾਇਤੀ ਫੈਸਲੇ ਤਾਂ ਫਿਰ ਇਦਾਂ ਦੇ ਹੀ ਹੁੰਦੇ ਆ ਮੈਂ ਕਿਹਾ ਭਾਈ ਕੋਈ ਐਸੀ ਗੱਲ ਨਹੀਂ ਇੱਕ ਦਰ ਬੰਦ ਤੇ 100 ਮੰਜੇ ਖੁੱਲੇ ਆ ਬਿਲਕੁਲ ਹੈ ਕੀ ਮਤਲਬ ਇਹ ਆ ਕਿ 100 ਗਜ਼ ਰਸਾ ਤੇ ਸਿਰੇ ਤੇ ਮੰਜਾ ਸਿਰੇ ਵਾਲਾ ਮੰਜਾ ਹਾਂਜੀ ਹਾਂਜੀ ਜਦੋਂ ਤੇਰਾ ਠੇਡਾ ਲੱਗਾ ਆਪਣੀ ਮੰਜੀ ਛੱਡ ਕੇ ਉਹ ਭਾਈ ਵਾਲੀ ਮੰਜੀ ਛੱਡ ਕੇ ਤੀਜੀ ਮੰਜੀ ਤੇ ਜਾ ਕੇ ਤੂੰ ਡਿਗਿਆ ਬਹੁਤ ਅੱਛੇ ਤੇਰੇ ਤੇਰੀ ਕੀ ਤਲਾਮ ਟੁੱਟ ਗਈ ਸੀ ਉਹ ਤੂੰ ਇੱਕ ਖਲਾ ਗੁੱਡਾ ਸੀ ਵੀ ਜਿਹੜਾ ਉਤਲੀ ਮੰਜੀ ਤੇ ਜਾ ਕੇ ਡਿਗਿਆ ਤੂੰ ਕਿ ਕਿਹੜੀ ਬਸੰਤ ਮਨਾਉਂਦਾ ਫਿਰਦਾ ਤੂੰ ਨਹੀਂ ਠੁੱਡਾ ਬੰਦੇ ਨੂੰ ਲੱਗ ਹੀ ਜਾਂਦਾ ਜੀ ਇਹਦੇ ਚ ਠੁੱਡੇ 100 ਹੱਥ ਰਸਾ ਤੇ ਸਿਰੇ ਵਾਲਾ ਮੰਜਾ ਹਾਂਜੀ ਹਾਂਜੀ ਇਹ ਮੰਜੇ ਦੇ ਵੀ ਸਿਰੇ ਆ ਮੇਰੀ ਭੈਣ ਇਸ ਕੰਮ ਦੇ ਸਿਰੇ ਆ ਉਹਨਾਂ ਨੇ ਤੈਨੂੰ ਸ਼ੁਕਰ ਕਰ ਵੀ ਤੇਰੀ ਕੋਈ ਨਾ ਲੱਤ ਬਾਹ ਨਹੀਂ ਵੱਡੀ ਇਹ ਉਹਨਾਂ ਨੇ ਤੇਰੇ ਨਾਲ ਰਾਇਤ ਕੀਤੀ ਆ ਪਰ ਅੱਜ ਜਿਹੜਾ ਫੈਸਲਾ ਕੀਤਾ ਨਾ ਵੀ ਇਹਨਾਂ ਦਾ 1200 ਰੁਪਈਆ ਦੇ ਤੇ ਆਪਣਾ ਸਮਾਨ ਚੋਕ ਤੇ ਉਹਨੂੰ ਭੈਣ ਕਹੇ ਉਹਨੂੰ ਆਪਣੀ ਭੈਣ ਕਹੇ ਕਹਤਾ ਆਪਾਂ ਤੇ ਪਿੰਡ ਛੱਡ ਕੇ ਇੱਥੋਂ ਨਿਕਲ ਜਾ ਆਪਾਂ ਪਿੰਡ ਛੱਡ ਕੇ ਵੀ ਆ ਗਏ ਚੰਗਾ ਕੀਤਾ ਉਹ ਦੇਖ ਲੈ 6 700 ਕਿਲੋਮੀਟਰ ਦੂਰ ਆ ਗਏ ਆਪਾਂ ਕਹੇ ਭਾਈ ਅਸੀਂ ਬੁਰੇ ਲੋਕਾਂ ਦੇ ਕੋਲ ਵੀ ਨਹੀਂ ਵਸਣਾ ਬਿਲਕੁਲ ਸਹੀ ਆ ਹੁੱਕਾ ਹੁੱਕਾ ਤ ਨਹੀਂ ਪੀਂਦਾ ਤੂੰ ਨਹੀਂ ਨਹੀਂ ਸ਼ਰੀਫ ਆਦਮੀ ਸ਼ਰੀਫ ਆਦਮੀ ਉਹ ਕਹਣਾ ਨਾ ਫੇ ਮੂੰਚਾ ਮੈਕ ਹੁੰਦਾ ਕੀ ਆਉਂਦਾ ਮੈਕ ਹੁੰਦਾ ਫੇ ਤੈਨੂੰ ਕਦਾਈ ਨਹੀਂ ਪਤਾ ਤੂੰ ਕਦੀ ਹੁੱਕਾ ਪੀਤਾ ਹੀ ਨਹੀਂ ਓਏ ਹੋ ਦੀ ਬਰੀਕੀ ਸਮਝੋ ਕਹਿੰਦਾ ਹੁੱਕਾ ਪੀਵਾਂਗੇ ਮੂੰਹ ਚ ਮਹਿਕ ਆਏਗਾ ਅੱਛਾ ਤੇ ਤੀਜੇ ਮੰਜ਼ਲ ਦਾ ਦੱਸਦਾ ਜਿਹੜਾ ਮਹਿਕ ਆਉਂਦਾ ਕੌਣ ਦੱਸਦਾ ਤੈਨੂੰ ਇਹ ਕਿ ਬੰਦੇ ਦਾ ਬੰਦਾ ਫਿਰ ਨੇੜੇ ਹੋ ਕੇ ਗੱਲ ਨਹੀਂ ਨਾ ਕਰ ਸਕਦਾ ਏ ਸਦਕੇ ਆ ਤੇਰੇ ਸ਼ਰੀਫਾ ਆ ਮਨਸਫਾ ਆ ਤੇਰੇ ਚਿਹਰੇ ਦਾ ਨੂਰ ਹੀ ਦੱਸਣਿਆ ਤੂੰ ਬਹੁਤ ਸ਼ਰੀਫ ਐ ਤੇ ਤੇਰਾ ਠੁੱਡਾ ਵੀ ਦੱਸਣਿਆ ਬਹੁਤ ਸ਼ਰੀਫ ਹੈ ਬੜੀ ਗੱਲ ਆ ਤੇਰੀ ਸੁਭਾਨ ਅੱਲਾਹ ਯਾਨੀ ਪਰਿਆ ਨੇ ਤੇਰਾ ਆ ਫੈਸਲਾ ਕਰਕੇ ਤੇ ਤੈਨੂੰ ਪਿੰਡੋਂ ਕੱਢਤਾ ਕੱਢਤਾ ਤੇਰੀਆਂ ਹਰਕਤਾਂ ਹੀ ਇੰਜ ਦੀਆਂ ਸੀ ਪੈਰ ਵੇਖੋ ਕਿੱਡੇ ਵੱਡੇ ਟੋਡਾ ਵੇਖੋ ਵਜਾ ਦੱਸੋ ਐਡਾ ਵੱਡਾ ਕੇ ਦੁਕਾਨ ਪਾ ਲਈ ਮੈਂ ਕਰਿਆਨੇ ਦੀ ਕਿੱਥੇ ਇੱਥੇ ਆ ਅਗਲੇ ਪਾਸੇ ਆ ਪੁਲੀਏ ਦੇ ਪਾਸੇ ਹਾਂਜੀ ਸਾਡੇ ਪਿੰਡ ਚ ਹਾਂਜੀ ਤੇ ਹਾਂਜੀ ਤੇ ਉਹ ਫਿਰਿਆ ਕਿ ਮੈਂ ਹੁਣ ਉੱਥੇ ਸਮਾਨ ਸਮੂਹ ਰੱਖਿਆ ਅੱਛਾ ਸਾਰਾ ਠੀਕ ਹੈ ਤੇ ਮੈਂ ਸੈਂਪਲ ਜਿਹੜਾ ਮੇਰੇ ਕੋਲ ਆ ਨਾਲ ਮੈਂ ਲਈ ਫਿਰਦਾ ਉਹ ਬਸ ਇਹ ਆ ਕਿ ਤੁਹਾਨੂੰ ਵੀ ਇਹ ਅਗਰ ਤੁਸੀਂ ਬਜ਼ੁਰਗ ਆਦਮੀ ਮੈਨੂੰ ਨਜ਼ਰ ਆਏ ਹਾਂਜੀ ਠੀਕ ਹੈ ਮਰਨਾ ਦੇਖੋ ਜੀ ਹਰ ਬੰਦੇ ਨੇ ਉਹ ਆਹ ਜੀ ਇਹ ਜ਼ਿੰਦਗੀ ਮੌਤ ਦਾ ਰੱਬ ਦਾ ਨਿਜ਼ਾਮ ਆ ਇਹ ਆ ਕਿ ਤੁਹਾਡੇ ਘਰ ਕੋਈ ਵੀ ਫੌਤ ਹੋਵੇ ਹੈ ਮੈਂ ਤੁਸੀਂ ਫੌਤ ਹੋ ਜੋ ਆ ਫੌਤ ਹੋ ਜਵੇ ਸਮਾਨ ਤੁਸੀਂ ਮੇਰੇ ਕੋਲ ਲੈਣਾ ਸਾਰਾ ਫੌਤ ਕੀ ਦਾ ਹਾਂਜੀ ਹਾਂਜੀ ਆ ਦੇਖੋ ਇਹ ਜਿਹੜਾ ਨੱਕ ਚ ਤੁੰਣਾ ਹੁੰਦਾ ਨਾ ਜੀ ਰੂ ਕਾਟਨ ਹਾਂਜੀ ਹਾਂਜੀ ਅੱਛਾ ਇਹ ਵੀ ਤੇਰੇ ਕੋਲ ਰੱਖਿਆ ਹਾਂਜੀ ਬਹੁਤ ਅੱਛੀ نسل ਦੀ ਕਾਟਨ ਆ ਜੀ ਆ ਦੇਖੋ ਜਰਾ ਇਹ ਦੇਖੋ ਐ ਹੁਣ ਨੱਕ ਚ ਤੁਨ ਕੇ ਦੇਖੋ ਵਾ ਠੀਕ ਆ ਆ ਤੁਨ ਕੇ ਦੇਖੋ ਜਰਾ ਮੁੰਡੇ ਦੇ ਨੱਕ ਚ ਆਹ ਦੇਖੋ ਕਿੰਨਾ ਸੋਹਣਾ ਲੱਗਦਾ ਤੁਸੀਂ ਆਪਣੇ ਤੁਨ ਲਓ ਕੀ ਗੱਲ ਕਰ ਰਹੇ ਆ ਯਾਰ ਤੂੰ ਉਹ ਭਾਈ ਮੇਰੇ ਆ ਜਦੋਂ ਕੋਈ ਟਾਈਮ ਹੁੰਦਾ ਜਦੋਂ ਕਿਤੇ ਜ਼ਰੂਰਤ ਹੁੰਦੀ ਆ ਚੱਲ ਠੀਕ ਆ ਤੂੰ ਦੱਸਤਾ ਵਾ ਨਹੀਂ ਮੇਰਾ ਮਤਲਬ ਆ ਤੁਸੀਂ ਆਪਣਾ ਨੱਕ ਚ ਰੂੰ ਤੁੰਨੋ ਕਿਉਂ ਮੈਂ ਤੁਹਾਡਾ ਮੋਬਾਈਲ ਤੇ ਨਾ ਤਸਵੀਰ ਬਣਾ ਕੇ ਤੁਹਾਨੂੰ ਦਿਖਾਉਣਾ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਮਰਨ ਤੋਂ ਬਾਅਦ ਕਿਦਾਂ ਦੇ ਲੱਗਣਾ ਤੂੰ ਆਪਣੇ ਨੱਕ ਚ ਤੁੰਨਾ ਹਾ ਸਾਨੂੰ ਕਾਹਦੇ ਲਈ ਤਿੰਨਾ ਵਾਂ ਤੁਰੂ ਰੂ ਲੱਗ ਚ ਤੂੰ ਕਿਤੇ ਤੋਂ ਤਸਵੀਰ ਲਾਉਂਦਾ ਤਸਵੀਰਾਂ ਲਾ ਲਾ ਸਾਨੂੰ ਤੁਹਾਨੂੰ ਮੈਂ ਦੇਖਣਾ ਕਿ ਕਿੱਡੇ ਸੋਨੇ ਲਾਦੇ ਇੰਜ ਉਹਨੂੰ ਕਹਿੰਦੇ ਵੀ ਯਾਦ ਤੈਨੂੰ ਟਾਈ ਲਾ ਲਾਵਾਂ ਟਾਈ ਲਾ ਕੇ ਦੀ ਤਸਵੀਰ ਖਿੱਚਣ ਦੇ ਤਰ੍ਹਾਂ ਦੇਖ ਰਿਹਾ ਟਾਈ ਜੀ ਦਾ ਲੱਗਦਾ ਮੇਰੇ ਰੂ ਦੇਣੀ ਆ ਜੀ ਟਾਈ ਕੋਟ ਪਿੰਟ ਕੋਟ ਪਾ ਕੇ ਤੂੰ ਮੇਰੀ ਫੋਟੋ ਬਣਾਉਣੀ ਆ ਕਿਹੜੀਆਂ ਗੱਲਾਂ ਕਰ ਰਹੇ ਹੋ ਜੀ ਦੇ ਜਾਗਦੇ ਬੰਦੇ ਤੇ ਨੱਕ ਚ ਰੂ ਠੀਕ ਆ ਤੂੰ ਸਮਾਨ ਉੱਥੇ ਰੱਖਿਆ ਵਾ ਠੀਕ ਤੂੰ ਗੱਲ ਕਰ ਲਈ ਸਾਨੂੰ ਸਮਝ ਲੱਗੀ ਜੀ ਨੂੰ ਕਿਤੇ ਲੋਡ ਹੋਊਗੀ ਦੱਸ ਦੇਵਾਂਗੇ ਵੀ ਆ ਪੁਲਿਸ ਅੱਲਾ ਵੇਖ ਲੈਣਾ ਲਿਆਵੇ ਐ ਸਾਬਣਾ ਜ ਮੈਨੂੰ ਕਿ ਨਵਾਉਣਾ ਨਹੀਂ ਮੈਂ ਤਾਂ ਜਦੋਂ ਤੁਸੀਂ ਫੌਤ ਹੋ ਜਾਣਾ ਉਹ ਤੇਰੇ ਕੋਲ ਚੱਜ ਦੀ ਸ਼ੈ ਨਹੀਂ ਸੀਗੀ ਨਹੀਂ ਸਾਬਣ ਨਾਲ ਹੀ ਨਵਾਉਣਾ ਸਾਬਣ ਨਾਲ ਹੀ ਨਵਾਉਣਾ ਸਾਨੂੰ ਹੀ ਪਤਾ ਸਾਬਣ ਨਾਲ ਨਵਾਉਣਾ ਵਾ ਨਹੀਂ ਨਵਾਈ ਦਾ ਵਾ ਲੇਕਿਨ ਜਿੰਨਾਂ ਦੇ ਘਰ ਫੌਤ ਗਈ ਹੋਈ ਹੋਵੇ ਉਹਨਾਂ ਨੂੰ ਜਾ ਕੇ ਦੱਸਣਾ ਕਿ ਤੂੰ ਮੈਨੂੰ ਹੀ ਦੱਸਣ ਲੱਗ ਪਿਆ ਨਹੀਂ ਤੁਸੀਂ ਫੌਤ ਨਹੀਂ ਹੋਣਾ ਫੌਤ ਜਦੋਂ ਕਿਤੇ ਵਕਤ ਆਇਆ ਉਦੋਂ ਹਲੇ ਤਾਂ ਆ ਵੇਖਦਾ ਮੈਂ ਕਣਕ ਬੀਜੀ ਆ ਆ ਕਣਕ ਮੇਰੀ ਪੱਕੇ ਤਿਆਰ ਹੋ ਜਾਣੀ ਆ ਕਿੱਲੇ ਦੇ ਵਿੱਚੋਂ 35 40 ਮਨ ਨਿਕਲਣਾ ਮੈਂ ਆਪਣੀ ਟਰੈਕਟਰ ਆਪਣਾ ਲੈ ਲੈਣਾ ਅੱਲਾਹ ਦੀ ਰਹਿਮਤ ਦੇ ਨਾਲ ਨਹੀਂ ਇਹ ਗੱਲ ਆ ਕਿ ਮਹਿੰਗਾਈ ਦਾ ਦੌਰ ਆ ਹਰ ਰੋਜ਼ ਮਹਿੰਗਾਈ ਵੱਧਦੀ ਐ ਤੁਸੀਂ ਸਮਾਨ ਹੁਣੇ ਲੈ ਕੇ ਰੱਖ ਲਓ ਮੇਰੇ ਕੋਲ ਆਪਣਾ ਕੀ ਫੌਤਗੀ ਵਾਲਾ ਸਾਰਾ ਕਿਹੜਾ ਕਿਹੜਾ ਸਮਾਨ ਨੈਸ਼ਾ ਨੈਸ਼ਾ ਕੋਈ ਚਾਹੀਦੀ ਗੱਲ ਕਰ ਭਾਈ ਮੂਹੋ ਐ ਤੁਸੀਂ ਦੇਖੋ ਇਹ ਕੀ ਐ ਇਹ ਮੈਨੂੰ ਤਾਂ ਨਹੀਂ ਪਤਾ ਕੀ ਐ ਹੈਗਾ ਮੁਸ਼ਕਪੂਰ ਦੀਆਂ ਟਿੱਕੀਆਂ ਅੱਲਾਹੁ ਅਕਬਰ ਬਹੁਤ ਠੀਕ ਐ ਇਨ ਲਲਾਹ ਵ ਇਨ ਲਾ ਹੋ ਜਾਊਗਾ ਉਹ ਜੋ ਗਾਂ ਕੀ ਉਥੇ ਕੀ ਉਹਨਾਂ ਨੇ 11ਵੀਂ ਦਾ ਖਤਮ ਤੋਂ ਆਇਆ ਉਹ ਜੋ ਗਾਂ ਮੈਨੂੰ ਗਾਂ ਕਰਦਾ ਉਹ ਆਏ ਕੇ ਨੂੰ ਐਵੇਂ ਨਾ ਨਾ ਭਾਈ ਜਾਇਆ ਕਰੋ ਤੁਸੀਂ ਬਸ ਉਹਨੂੰ ਟੋਲੋ ਉਹ ਇਧਰੋਂ ਆਇਆ ਕਿ ਤੇ ਆ ਕੇ ਬਹਿ ਗਿਆ ਮੈਂ ਤੇ ਤੈਨੂੰ ਕੀ ਆਈ ਰਿਹਾ ਹੋਕੇ ਦਾ ਪਾਣੀ ਪੂਰਾ ਕਰ ਭਾਈ ਜਾਨ ਰੱਖ ਲੋ ਲੈ ਕੇ ਸਵਾਨ ਰੱਖਿਆ ਚਸ ਚੀਜ਼ ਸਾਂਭੀ ਚੰਗੀ ਹੁੰਦੀ ਹੈ ਕੱਲ ਨੂੰ ਮਹਿੰਗਾਈ ਹੋ ਜਾਏਗੀ ਫੇਰ ਉਹ ਵੀਰ ਭਾਈ ਜਾਨ ਰੋਕੋ ਰੋਕੋ ਸਾਡੇ ਜੰਨਾ ਚ ਹੁਣੇ ਹੀ ਆਵਾਜ਼ ਪੈਣ ਲੱਗੀ ਇਨ ਲਿਲ੍ਲਾਹ ਵੈ ਇਨਾ ਅਲਾਹ ਰਾਜੀਉ ਤੌਬਾ ਉੱਬਾ ਠੀਕ ਹੈ ਯਾਰ ਤੂੰ ਰੱਖਿਆ ਸਮਾਨ ਇਹ ਸੈਂਪਲ ਲਈ ਫਿਰਦਾ ਪਰੇ ਰੱਖ ਇਹਨੂੰ ਉਹਦੇ ਵਿੱਚ ਸ਼ਾਪਰ ਚ ਆਪਣੇ ਐਂਦਰ ਮੇਰੀ ਮੰਜੀ ਤੇ ਗਾਗਲ ਨਹੀਂ ਰੱਖਦਾ ਐ ਉਹ ਅਤਰ ਕਿਹੜਾ ਜਿਹੜਾ ਤੁਹਾਡੇ ਕਫਨ ਨੂੰ ਲਾਉਣਾ ਓਏ ਕਿਹੜਾ ਓਏ ਐ ਐ ਸ਼ੀਸ਼ੀ ਦੇਖੋ ਰੁਕ ਜਾ ਫਿਰ ਹਾਂਜੀ ਇਹ ਇਹ ਲਾਉਣਾ ਹੈ ਤੁਹਾਨੂੰ ਇਹ ਦੇਖੋ ਓ ਮੈਨੂੰ ਕਿਉਂ ਲਾਉਣਾ ਮੁਰਦੇ ਨੂੰ ਲਾਈਦਾ ਤੁਸੀਂ ਮਰਨਾ ਨਹੀਂ ਜਦੋਂ ਕਿਤੇ ਟਾਈਮ ਹੋਊਗਾ ਉਦੋਂ ਕਿ ਆਂ ਮੈਂ ਹੁਣ ਮਰ ਗਿਆ ਤੇ ਮੈਂ ਉਦੋਂ ਵਾਸਤੇ ਹੀ ਕਹਿਣ ਰਿਹਾ ਮੈਂ ਕਿਹੜਾ ਕਹਿਣ ਰਿਹਾ ਹੁਣੇ ਲਾ ਲਓ ਮੈਂ ਤਾਂ ਕਹਿਣ ਰਿਹਾ ਕਿ ਲੈ ਕੇ ਰੱਖ ਲਓ ਆ ਮੁਸਕਪੂਰ ਦੀਆਂ ਟੇਕੀਆਂ ਹਾਂ ਉਹ ਆ ਰੂਹ ਕਿਹੜਾ ਆ ਸਾਬਣ ਆ ਨੱਕ ਚ ਦੇਣ ਵਾਲੀ ਰੂਹ ਹਾਂਜੀ ਹੋਰ ਕੀ ਕੀ ਆ ਤੇਰੇ ਕੋਲ ਹੋਰ ਪਿੱਛੇ ਰਹਿ ਗਿਆ ਇਨ ਲਿਲ੍ਲਾਹ ਵਾ ਇਨ੍ਨਾ ਇਲਾਹਿ ਰਾਜੀਉਨ ਉਹ ਜਦਾਫਾ ਹੋ ਜਾ ਕੇ ਤੇ ਬਸ ਸੁਣ ਹੀ ਰਹਿ ਗਿਆ ਆ ਤੋ ਆਓ ਗੁਲਾਵਾਂ ਵਾਸਤੇ ਚਨੇ ਇਹ ਸੈਂਪਲ ਦੇਖ ਲਓ ਬਹੁਤ ਅੱਛੀਆਂ ਲਈਏ ਭੱਖਰ ਦੀਆਂ ਖਿੱਲਾਂ ਨੇ ਉਹ ਜਾ ਬਾ ਠੀਕ ਆ ਇਹ ਜਿਹੜੀਆਂ ਤੁਸੀਂ ਦੇਖ ਲਓ ਇਹ ਚਣਿਆਂ ਨੂੰ ਦੇਖ ਕੇ ਤੁਸੀਂ ਜ਼ੇਨ ਬਣਾ ਸਕਦੇ ਆ ਕਿ ਮੇਰੇ ਫੌਤ ਹੋਣ ਤੋਂ ਬਾਅਦ ਅਗਲੇ ਦਿਨ ਆ ਲੋਕਾਂ ਨੇ ਖਾਣੀਆਂ ਨੇ। ਉਹ ਯਾਰ ਮੇਰਾ ਬਾਲ ਪਰਿਵਾਰ ਆ ਮੈਂ ਬਾਲ ਬੱਚੜਦਾ ਆ ਮੇਰੇ ਬੱਚੇ ਐਡੇ ਹੀ ਬੇਵਕੂਫਾ ਵੀ ਉਹ ਤੋਂ ਕਿਤੇ ਉਹ ਰੋੜ ਚਣੇ ਲੈ ਕੇ ਆਉਣਗੇ ਜਾਂ ਸਮਾਨ ਨਹੀਂ ਲਿਆ ਸਕਦੇ। ਉਹਨਾਂ ਨੂੰ ਸਾਰਾ ਪਤਾ ਲਾਗੇ ਤਾਂ ਸ਼ਹਿਰ ਆ। ਭਾਈ ਜਾਨ ਮਹਿੰਗਾਈ ਬਹੁਤ ਹੋ ਜਾਣੀ। ਮਹਿੰਗਾਈ ਕਿਸ ਤਰ੍ਹਾਂ ਹੋ ਜਾਣੀ ਜਦੋਂ ਹੋ ਸਕਦਾ ਦਿਨ ਵੇ ਦਿਨ ਰੇਟ ਵਧੀ ਜਾਂਦੇ ਚੀਜ਼ਾਂ ਦੇ ਚਲੋ ਜਦੋਂ ਕੋਈ ਟਾਈਮ ਆਊਗਾ ਫਿਰ ਲੈ ਲਾਂਗੇ ਪਾਣੀ ਤੋਂ ਮਾਰ ਹੀ ਜਾਣਾ ਵਾ ਫਿਰ ਪਾਵੇਂ ਲਈਆ ਪੱਖਰ ਹੋਵੇ ਤੇ ਪਾਵੇਂ ਚਨੀਓੜ ਹੋਵੇ ਪੱਤੋ ਜਿੱਥੇ ਤਾਂ ਮਰ ਜੇ ਸਾਨੂੰ ਐਸਾ ਲੱਗੀ ਗੱਲ ਨਾਲ ਕੀ ਲੱਗੇਗੀ ਏਡੀ ਸੋਹਣੀ ਬਾਸਮਤੀ ਆ ਇਹ ਕੀ ਆ ਇਹ ਚੌਲ ਨੇ ਜਿਹੜੇ ਤੁਹਾਨੂੰ ਦਫਨਾਉਣ ਤੋਂ ਬਾਅਦ ਲੋਕਾਂ ਨੇ ਆ ਕੇ ਖਾਣੇ ਕੱਲ ਉਹ ਪ੍ਰਾਣੇ ਵਾਲੀ ਜਿਹੜੀ ਦੇਗ ਪਕਾਈਦੀ ਆ ਹਾਂਜੀ ਹਾਂਜੀ ਇਹ ਬਰੀਆਨੀ ਜਿਹੜੀ ਫੌਤਗੀ ਵਾਲੀ ਇਹ ਚੰਗੇ ਚੌਲ ਆ ਇਹ ਤੁਸੀਂ ਇਹ ਦੇਖ ਲਓ ਕਿ ਹੁਣ ਤੁਸੀਂ ਮੇਰੇ ਕੋ ਸੈਂਪਲ ਲੈ ਲਓ ਅੱਛਾ ਅੱਧੀ ਕਾ ਪਲੇਟ ਬਣਵਾ ਕੇ ਖਾਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੇਰੇ ਫੌਤ ਹੋਣ ਤੋਂ ਬਾਅਦ ਮੇਰੇ ਚੌਲਾਂ ਦੀ ਦੇਗ ਦਾ ਜ਼ਾਇਕਾ ਕੀ ਹੋਏਗਾ ਚਲੋ ਬਸ ਠੀਕ ਹੈ ਯਾਰ ਚਾਵਲ ਵੀ ਆ ਕਿੰਨਾ ਕੋਸ਼ੀ ਤੂੰ ਚੱਕੀ ਫਿਰਦਾ ਇੱਥੇ ਕਹਿ ਦਿਆਂਗੇ ਕਿਸੇ ਨੂੰ ਜੇ ਕਿਤੇ ਲੋੜ ਪਈ ਤੇ ਉਹਨਾਂ ਦੇ ਜਿਨ੍ਹਾਂ ਦੇ ਫੌਤ ਕੀ ਤੂੰ ਇਹ ਸਾਰਾ ਸਮਾਨ ਚੋਕ ਸਮਾਨ ਚੋਕ ਹਵਤਾ ਨਿਕਲ ਇਥੋਂ ਆ ਸਾਰਾ ਸਮਾਨ ਚੋਕ ਚੋਕਲਾਤ ਤੇਰੀ ਬੜੀ ਮਿਹਰਬਾਨੀਆ ਮਸਜਿਦ ਆ ਉੱਥੇ ਚਲਾ ਜਾ ਮੌਲਵੀ ਸਾਹਿਬ ਨੂੰ ਦੱਸ ਜਦੋਂ ਜਿਨ੍ਹਾਂ ਦੀ ਕੋ ਫੌਤ ਕੀ ਦਾ ਐਲਾਨ ਕਰਨਗੇ ਤੈਨੂੰ ਐਡਰੈਸ ਦੇ ਦੇਣਗੇ ਆ ਫਾੜ ਆਪਣਾ ਸਮਾਨ ਜਾ ਉੱਥੇ ਮਸੀਤੇ ਚਲਾ ਜਾ ਤੇ ਉਹਨਾਂ ਨੂੰ ਦੱਸ ਸਾਡੇ ਕੋਲ ਕਿੱਧਰ ਆ ਗਏ ਆ ਤੂੰ ਤੇਰੀ ਦੁਕਾਨਦਾਰੀ ਫੇਲ ਹੋ ਜਾਣੀ ਆ ਕਿਉਂ ਸਮਝ ਲੱਗਣਾ ਇੱਕ ਸ਼ਾਇਦ ਭੁੱਲ ਗਿਆ ਵਾ ਕੀ ਅੰਗੂਠੇ ਬਣਨ ਵਾਲਾ ਧਾਗਾ ਜਿਹੜਾ ਚਾਚੇ ਉਹਨਾਂ ਦਾ ਆ ਤੂੰ ਬੋਝ ਕੇ ਮੇਰਾ ਕਹਾਣਾ ਯਾਰ ਕਮਾਲ ਹੋ ਗਈ ਉਹ ਤੂੰ ਇਹਦੇ ਨਾਲ ਆ કે ਮੇਰੇ ਨਾਲ ਹੁਣ ਗੇਂਕੂਫਾ ਤੁਨ ਟੋਰੇ ਕਰਾਉਂ ਲ ਜਾਂ ਚੜਾਓ ਉਹ ਗੱਲ ਕਬੀਲਦਾਰੀ ਫਰੋਲ ਲਾ ਪਿਆ ਵਾ ਉੱਥੇ ਚਲੇ ਜਾ ਉੱਥੇ ਚਲੇ ਇੱਥੋਂ ਚੁੱਕ ਪਾਈ ਨਹੀਂ ਗਲੇ ਇੱਥੋਂ ਇਹ ਦੇਖ ਲਓ ਤੁਸੀਂ ਕਿ ਤੁਹਾਡਾ ਜਿਹੜਾ ਕਫਨ ਆਹੋ ਤੁਹਾਡਾ ਉਹ ਮੇਰਾ ਕਹਾਣਾ ਯਾਰ ਮਰਦੇ ਦਾ ਤੂੰ ਮੈਨੂੰ ਹੀ ਗਈ ਜਾਣਾ ਯਾਰ ਮੇਰਾ ਪਵਾ ਦੇਣਾ ਮੈਨੂੰ ਕਿਉਂ ਪਵਾ ਦੇਣਾ ਓਏ ਮੇਰੇ ਨਾਬਦਾ ਸੀ ਕੇ ਲਿਆਇਆ ਓ ਲੈ ਜੱ ਧਾਰੀ ਹੋਈ ਭਾਈ ਆ ਜੁਨੇ ਆ ਦੇਖੋ ਕੀ ਇਹ ਕਪੜਾ ਪਸੰਦ ਕਰੋ ਜ਼ਰਾ ਪਸੰਦੇ ਦਾ ਕੀ ਕਰਨਾ ਬਠੀਕ ਆ ਕਪੜਾ ਹੀ ਆ ਚਿੱਟਾ ਕਪੜਾ ਹੀ ਹੁੰਦਾ ਲੱਠਾ ਦੇਖੋ ਕਿੱਡਾ ਕੰਦੀ ਓਏ ਆਹੋ ਲੱਠੇ ਦਾ ਹੀ ਹੁੰਦਾ ਬਾਈ ਗੱਦ ਲੱਗਦਾ 21 ਗੱਦ 21 ਗੱਦ ਹਾਂਜੀ ਆਪਾ ਠੀਕ ਆ ਇਹ ਉੱਥੇ ਮਸੀਹੇ ਦੱਸ ਮੌਲਵੀ ਨੂੰ ਜਾ ਕੇ ਨਹੀਂ ਨਹੀਂ ਇਹ ਤੁਹਾਡਾ ਹੈ ਰਾਜੂ ਓ ਮੇਰਾ ਕਿਉਂ ਆ ਬਈ ਏ ਭਾਈ ਪੁਆਏਗਾ ਰੱਖੋ ਭਾਈ ਇਹਨੂੰ ਤੂੰ ਆਪਣੇ ਕੋਲ ਸਾਹਮ ਕੇ ਬਸ ਠੀਕ ਆ ਭੈਣ ਕਿਹੋ ਜਿਹਾ ਲੱਗੇ ਦੇਖੋ ਜੀ ਚੈੱਕ ਕਰੋ ਬਹੁਤ ਮੈਂ ਕਾਹਦੇ ਲਈ ਚੈੱਕ ਕਰਨਾ ਉਹਨੂੰ ਪਹੁੰਚਾਉਂਦਾ ਨਹੀਂ ਪਿਓ ਕੋਲ ਇਹ ਲੱਠਾ ਵੇਖੋ ਜੀ ਚੈੱਕ ਉਹ ਮੈਨੂੰ ਕਿਉਂ ਉਹਨੂੰ ਪਰੇਕਾਰ ਯਾਰ ਕੈਸੀ ਗੱਲ ਕਰ ਰਿਹਾ ਉਹ ਭਾਈ ਉਹ ਕਾਕਾ ਉਹ ਜਲ ਮੇਰਾ ਪੁੱਤਰ ਅਸਮਾਨ ਆਪਣਾ ਲੈ ਜਾ ਉੱਥੇ ਜਾਵੇਂ ਆ ਮਸਜਿਦ ਚ ਮੋਲਵੀ ਸਾਹਿਬ ਨੂੰ ਦੱਸ ਜੀ ਇਹਨਾਂ ਦਾ ਐਲਾਨ ਕਰਨਗੇ ਤੈਨੂੰ ਉਹਨਾਂ ਦਾ ਐਡਰੈਸ ਦੱਸ ਦੇਣਗੇ ਤੇਰਾ ਸਮਾਨ ਉਹਨਾਂ ਦੇ ਘਰ ਵੇਖ ਵੂਕ ਜਾਊਗਾ ਲੈ ਜਾ ਮੈਂ ਇੱਕ ਤੁਹਾਨੂੰ ਮੈਂ ਆਪਣੇ ਵੱਲੋਂ ਦੇਣਾ ਹੈ ਗਿਫਟ ਇਹ ਇਹ ਹੈ ਕਿ ਤੁਸੀਂ ਮੇਰੇ ਕੋਲ ਇੰਨਾ ਸਮਾਨ ਲੈ ਰਹੇ ਹਾਂ ਹਾਂ ਜਿਲੇ ਬੰਦਾ ਦੁਕਾਨ ਤੇ ਸਮਾਨ ਲੈਣ ਜਾਵੇ ਉਹਨੂੰ ਗਿਫਟ ਮਿਲਦਾ ਹੈ ਨਾ ਜੀ ਇੱਕ ਪੈਕੇਜ ਬਣਾਇਆ ਤੂੰ ਹਾਂਜੀ ਹਾਂਜੀ ਇਹ ਗਿਫਟ ਉਹ ਆ ਜਿਹੜਾ ਤੁਹਾਨੂੰ ਮੈਂ ਨਤ ਦੇਣਾ ਹੈ ਹਾਂ ਨਾ ਇਹਦੇ ਮੈਂ ਤੁਹਾਡੇ ਕੋਲ ਪੈਸੇ ਲੈਣੇ ਇਹ ਜਿਲੇ ਤੁਸੀਂ ਫੌਤ ਹੋਣਾ ਨਾ ਜੀ ਬੈਂਕ ਹੋਣਾ ਮੈਂ ਆਪ ਜਾ ਕੇ ਤੁਹਾਡੀ ਕਬਰ ਦੇ ਉੱਤੇ ਆ ਪੂਰੇ ਦਾ ਪੂਰਾ ਪੈਕੇਟ ਲਾ ਕੇ ਆਉਣਾ ਤੇ ਜੀ ਜਵਾਨਾ ਇਨ ਲਲਾਹ ਵਾ ਇਨ ਲਾਹ ਮਰੇ ਨਲਕਾ ਚਾਚੇ ਦੇ ਸਾਹਮਣੇ ਪੜੀ ਜਾਂਦੇ ਓਏ ਉਠੋ ਕਾਕਾ ਚੋਕੇ ਤੋਂ ਆਪਣਾ ਸਮਾਨ ਸਮੂਹ ਲੈ ਜਾ ਇਥੋਂ ਸਾਨੂੰ ਨਹੀਂ ਚਾਹੀਦਾ ਹੈ ਬੱਧੀ ਆ ਲਾਤੀਆ ਪੁੱਤ ਹੁਣ ਇੱਜ਼ਤ ਇਹਦੀ ਤੇਰੀ ਵੀ ਤੇ ਸਾਡੀ ਵੀ ਚੱਲੇ ਤੋ ਇਥੋਂ ਮੇਰਾ ਭਰਾ ਚੋਕੇ ਤੇ ਨਿਕਲ ਜਾ ਸਮਝ ਲਗੀ ਨਾ ਸੀ ਤੇਰੇ ਤੇ ਨਾ ਸਾਡੇ ਉੱਤੇ ਆਪੂ ਜੇ ਛੋਲੇ ਵੀ ਚੋਕ ਚੱਲ ਮੇਰਾ ਮੇਲੇ ਸ਼ੁਰੂ ਕਰਨ ਤੋਂ ਪਹਿਲੇ ਕਿਤੇ ਦੁਆ ਕਰੋ ਅੱਲਾ ਖੈਰ ਕਰੇ ਕੂੰ ਐਸੀ ਖੈਰ ਲੈ ਗਿਆ ਤੂੰ ਸਾਡੇ ਜਨਾ ਦੇ ਟੁਰਨ ਲੱਗ ਪਿਆ ਚੱਲ ਚੱਲ ਬੱਸ ਚਲ ਜਥੋ ਜਾ ਤੂੰ ਆਪਣਾ ਕੰਮ ਕਰ ਜਾ ਕੇ ਆ ਗਿਆ ਇੱਥੇ ਕਸਰਬਾਜ਼ ਕਾਰੋਬਾਰ ਸ਼ੁਰੂ ਕਰ ਲਿਆ ਵਾ ਰਹਿਤ ਇਹਦੇ ਵਿੱਚ ਕਾਦੀ ਆ ਰਹਿਤ ਆ ਵੀ ਆਪ ਦੇਣ ਆਇਆ ਆ ਰਹਿਤ ਆ ਹਾਂਜੀ ਹਾਂਜੀ ਉਹ ਜਾ ਇੱਥੋਂ ਜਿਨ੍ਹਾਂ ਨੂੰ ਲੋਡ ਹੋਊਗੀ ਆਪੇ ਹੀ ਲੈ ਜਾਣਗੇ ਉੱਠ ਕੋ ਲੋ ਇੱਥੋਂ ਚੱਲ ਚਲਾ ਜਾ ਕਿੰਦਾ ਤੇਰਾ ਕੱਦ ਆ ਸ਼ਰਮ ਤੈਨੂੰ ਹੈ ਕੋਈ ਨਹੀਂ ਉਹ ਜਿਉਂਦੇ ਬੰਦੇ ਲੈਂਦੇ ਹੁੰਦੇ ਇਹਦਾ ਨਾ ਸਮਾਨ ਹੈ ਬੇਵਕੂਫਾ ਅੱਖਾਂ ਤੁਹਾਡੀਆਂ ਪੀਲੀਆਂ ਪੀਲੀਆਂ ਨੇ ਉਹ ਪੀ ਲਿਆ ਪੀ ਲਿਆ ਸੀ ਰੋ ਪਿਆ ਕੇ ਠੀਕ ਕਰ ਲਾਂਗਾ ਤੇ ਮੇਰਾ ਸੱਜਾ ਆ ਹੋਊਗੀਆਂ ਠੀਕ ਕੋਈ ਨਹੀਂ ਇਹ ਗੱਲ ਅੱਖਾਂ ਪੀ ਲਿਆ ਯਾ ਮੇਰਾ ਵੀਰ ਜਾ ਆਪਣਾ ਕੰਮ ਕਰ ਲਾ ਕੇ ਪੈਕੇਜ ਦੇ ਵਿੱਚ ਆ ਭੁਜੇ ਛੋਲੇ ਆ ਜੀ ਆ ਬਾਸਮਤੀ ਚੌਲ ਆ ਜੀ ਆਹ ਮੁਸ਼ਕਪੂਰ ਦੀਆਂ ਟਿੱਕੀਆਂ ਜੀ ਉਹ ਚੱਲੇ ਥੋਨੇ ਗੱਲ ਤੂੰ ਅੱਛਾ ਅਗਰ ਤੁਸੀਂ ਦੋਨੋਂ ਲੈ ਲਓ ਨਾ ਆਪਣਾ ਆਪਣਾ ਤੇ ਮੈਂ ਕੀ ਮਤਲਬ ਮੈਂ ਮਾਰ ਕੇ ਉੱਕਾ ਇੱਥੇ ਤੇਰੇ ਤੇ ਨਾ ਲਾਦਾ ਸਾਰਾ ਇੱਧਰ ਹੋ ਜਾਏ ਇੱਧਰ ਨੂੰ ਹੋ ਜਾ ਕੇ ਤੇ ਹੋ ਕੇ ਜਿਲਮ ਧਰੀ ਆ ਉਹ ਚੱਲਾ ਕਾਕਾ ਜਾ ਆਪਣਾ ਕੰਮ ਕਰ ਜਾ ਕੇ ਮੁਸ਼ਕਪੂਰ ਦੇ ਟਿੱਕੇ ਲੈ ਕੇ ਆ ਗਿਆ ਇੱਥੇ ਸਾਡੇ ਕੋਲੇ ਮੁਸ਼ਕਪੂਰ ਦੀਆਂ ਟਿੱਕੀਆਂ ਰੋ ਕੇ ਨਾ ਆ ਤੇ ਸਾਡੇ ਸਾਹ ਨੂੰ ਆ ਕੱਟ ਨੱਕ ਚ ਤੁੰਣ ਲਈ ਆ ਕਫਨ ਦਾ ਕਪੜਾ ਉਹ ਜਾ ਕੰਮ ਕਰ ਜਾ ਕੇ ਇੱਥੋਂ ਤੇਰੇ ਅੱਗੇ ਮੈਂ بڑے ਵੇਖੇ ਆ ਬੇਵਕੂਫ ਜਿਆ ਨਾ ਹੋਵੇ ਤੇ ਨਲਾਇਕ ਜਾਹਲ ਖਬਰਦਾਰ ਜੀ ਅੱਜ ਤੋਂ ਬਾਅਦ ਤੂੰ ਇੱਥੇ ਆਇਆ ਉੱਥੇ ਆ ਜਾ ਭਾਈ ਜੀ ਗੱਲਾਂ ਕਰਦਾ ਫਿਰਦਾ ਤੂੰ ਆ ਕੈਸਾ ਬੇਵਕੂਫਾ ਕਿੱਥੇ ਸਵੇਰੇ ਸਵੇਰੇ ਡੰਡੇ ਮਤੇ ਲੱਗ ਗਿਆ ਆ ਗਏ ਜੀ ਅਸਲਾਮੁਅਲੈਕਮ ਮੈਂ ਰਹੀਮ ਯਾਰਖਾਨ ਰਹਿੰਦਾ ਸੀਗਾ ਉਹਨਾਂ ਦੇ ਘਰ ਮੈਂ ਕਮਰਾ ਕਰਾਇ ਤੇ ਲਿਆ ਸੀ ਉਹ ਮੈਂ ਇੱਕ ਦਿਨ ਰਾਤ ਨੂੰ ਪਾਣੀ ਪੀਣ ਲਈ ਉੱਠਿਆ ਮੇਰਾ ਪੈਰ ਇੰਜ ਕਿਤੇ ਵੱਜਾ ਮੇਰਾ ਠੇਡਾ ਲੱਗਾ ਮੈਂ ਤੀਸਰੀ ਮੰਜ਼ੀ ਤੇ ਚਲਾ ਗਿਆ ਛੇਤਰਖਾਨ ਵਾਲੇ ਤੇਰੇ ਕੰਮ ਆ ਬੇਵਕੂਫਾ ਜਾਂਦਾ ਵਾਰਿਆ ਤੂੰ ਪਵਰਦਾ ਤਾੜੇ ਸਾਈਡ ਛੋਟੀ ਹੁੰਦੀ ਜਾਂਦੀ ਹੈ ਕਿਹੜੀ ਸਾਈਡ ਛੋਟੀ ਮੈਂ ਮਾਰ ਕੇ ਤੇਰੀ ਵੱਡੀ ਕਰ ਦੇਣੀ ਐ ਇਧਰੋਂ ਬੇਵਕੂਫਾ ਉਹਦੇ ਨਾਲ ਲੜ ਗਿਆ ਤੂੰ ਕਿਆ ਸੱਬ ਬੇਸ਼ਰਮ ਆਦਮੀ ਆ ਓਏ ਆ ਮਰਗਰ ਗਾਲਾ ਸਮਾਨ ਆ ਫੌਤਗੀ ਦੇ ਚ ਸਨੇ ਇਥੇ ਮੋਬਾਈਲ ਲਾ ਕੇ ਟੁਰਿਆ ਫਿਰਦਾ ਆ ਤੁਹਾਡੇ ਨੱਕ ਦੀ ਕੋਠੀ ਵੀ ਮੁੜ ਗਈ ਜੇ ਕਿਹੜੀ ਕੋਠੀ ਕਿਦਾਂ ਕਿਹੜੀ ਗੱਲ ਕਰ ਰਹੇ ਆ ਜਦੋਂ ਮੈਨੂੰ ਮਰਨ ਲੱਗਦਾ ਭਾਈ ਉਦੋਂ ਹੁੰਦਾ ਸਾਰਾ ਕੁਝ ਮੈਂ ਤੇਰੇ ਥੱਪੜ ਮਾਰਾਂ ਤੇਰੇ ਜਾਨ ਵਾਲਿਆ ਤੂੰ